ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਚੈਨਲ ਟਰੈਕਟਰ ਮੇਲਾ 'ਚ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਹਾਂ। ਅਤੇ ਅੱਜ ਅਸੀਂ ਲੈ ਕੇ ਆਏ ਜੀ ਟਰਾਲੀ ਵਿਕਾਊ ਜੀ, ਸਾਈਜ਼ ਹੈ 13x7 ਦੀ, ਰੇਲ ਦਾ ਧੁਰਾ 10 ਇੰਚੀ ਚਾਸੀ, ਡਬਲ ਟਾਇਰ, 23 ਕੁਇੰਟਲ ਵੇਟ ਹੈ, ਟਾਇਰ ਹੈ ਜੀ 60 ਪੈਸੇ, ਏਰੀਆ ਗੁਰਦਾਸਪੁਰ, ਰੇਟ ਮੰਗੇ 1,20,000, 94643-76048। ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ। ਡੀਲਰ ਵਪਾਰੀਆਂ ਦਾ ਛੱਡੋ ਖਹਿੜਾ, ਅਸੀਂ ਕਰਾਂਗੇ ਤੁਹਾਡੀ ਐਡ ਬਿਲਕੁਲ ਫ੍ਰੀ, ਪਸ਼ੂਆਂ ਦੀ ਅਤੇ ਸੰਦਾਂ ਦੀ। ਅੱਗੇ ਜੀ ਕਰਾਹਾ ਵਿਕਾਊ 8 ਫੁੱਟਾ, ਰੇਟ ਮੰਗੇ ਜੀ 9,500, ਪੂਰਾ ਸਾਫ ਕਰਾਹ ਹੈ, ਏਰੀਏ ਗੁਰਦਾਸਪੁਰ। ਕਰਾਹਾ ਵਿਕਾਊ ਹੈ ਜੀ 8 ਫੁੱਟਾ, ਰੇਟ ਮੰਗਿਆ 9,500, ਪੂਰਾ ਸਾਫ ਕਰਾਹ ਹੈ, ਏਰੀਆ ਗੁਰਦਾਸਪੁਰ। 94643-76048 ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਕਰਾਹ ਖਰੀਦ ਸਕਦੇ ਹੋ। ਜੇ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਹੋ, ਨਵੇਂ ਹੋ ਤਾਂ ਸਬਸਕ੍ਰਾਈਬ ਬਟਨ ਨੂੰ ਦੱਬ ਕੇ ਸਾਈਡ 'ਤੇ ਘੰਟੀ ਦਾ ਬਟਨ ਉਸ ਨੂੰ ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਪਾਈ ਤੁਹਾਨੂੰ ਨੋਟੀਫਿਕੇਸ਼ਨ ਸਿੱਧਾ ਤੁਹਾਡੇ ਕੋਲ ਪਹੁੰਚੇ, ਤੁਸੀਂ ਇੱਕ ਵੀ ਵੀਡੀਓ ਮਿਸ ਨਾ ਕਰੋ। ਅਤੇ ਅੱਗੇ ਹੈ ਜੀ ਜੌਂਡੀਅਰ 5310 ਟਰੈਟ ਵਿਕਾਊ ਹੈ, 2009 ਮਾਡਲ ਹੈ, PV ਨੰਬਰ ਹੈ, ਰੇਟ ਮੰਗੇ 4,50,000, ਏਰੀਆ ਸਰਦੂਲਗੜ੍ਹ, ਫੁੱਲ ਗਰੰਟੀ ਹੈ, ਕੋਈ ਫਲਟ ਨਹੀਂ। 94632-44301 ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਟਰੈਟ ਖਰੀਦ ਸਕਦੇ ਹੋ। ਐਡ ਕਰਾਉਣ ਦੇ ਲਈ ਸਾਡਾ ਵਟਸਐਪ ਨੰਬਰ 98-77-98-84-46, ਵੀਡੀਓ ਦੇ ਜਮ੍ਹਾਂ ਥੱਲੇ ਖੱਟੇ ਅਕਸ਼ਰ ਸ਼ੋਅ ਹੋ ਰਿਹਾ, ਉਸ ਨੰਬਰ 'ਤੇ 5 ਤੋਂ 7 ਫੋਟੋਆਂ ਅਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ। ਐਡ ਕਰਵਾਉਣ ਦਾ ਕੋਈ ਖਰਚਾ ਨਹੀਂ, ਅਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਲਗਵਾ ਸਕਦੇ ਹੋ, ਚਾਹੇ ਪਸ਼ੂ ਹੋਣ ਜਾਂ ਸੰਦ ਹੋਣ, ਕਿਸੇ ਵੀ ਤਰ੍ਹਾਂ। ਅੱਗੇ ਜੀ ਆਸ਼ਾ ਟਰੈਕਟ ਵਿਕਾਊ ਹੈ, ਮਾਡਲ 2014, PV 31 ਨੰਬਰ ਹੈ, ਏਰੀਆ ਸਰਦੂਲਗੜ੍ਹ, ਰੇਟ ਮੰਗਿਆ 2,40,000, 94644-69368 ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਟਰੈਟ ਖਰੀਦ ਸਕਦੇ ਹੋ। ਇੱਕ ਹੋਰ ਬੇਨਤੀ ਹੈ ਕਿ ਇੱਕ ਵੀਰ ਦਾ ਫੋਨ ਆਇਆ ਸੀ, ਕਹਿੰਦੇ ਸੀ ਕਿ ਪੂਰੀ ਜਾਣਕਾਰੀ ਦੱਸਿਆ ਕਰੋ, ਟਰਾਲੀ ਸਿੰਗਲ ਟੈਰੀ ਕਿ ਡਬਲ, ਸਾਰੇ ਪੂਰੀ ਜਾਣਕਾਰੀ ਦਿਆ ਕਰੋ। ਜਿਹੜਾ ਵੀ ਸਾਨੂੰ ਪੂਰੀ ਜਾਣਕਾਰੀ ਨਹੀਂ ਦਿੰਦਾ ਉਸ ਦੀ ਐਡ ਨਹੀਂ ਲਾਈ ਜਾਊਗੀ। ਇਸ ਕਰਕੇ ਬੇਨਤੀ ਹੈ ਕਿ ਵੀਰੇ ਪੂਰੀ ਜਾਣਕਾਰੀ ਦਿਆ ਕਰੋ। ਜੇ ਕੋਈ ਵੀਰ ਨਹੀਂ ਵੀ ਸਾਨੂੰ ਲਿਖ ਕੇ ਭੇਜ ਸਕਦਾ, ਤਾਂ ਤੁਸੀਂ ਕਾਪੀ ਦੇ ਉੱਤੇ ਲਿਖ ਕੇ ਪੂਰੀ ਡਿਟੇਲ ਉਸ ਦੀ ਫੋਟੋ ਖਿੱਚ ਕੇ ਸਾਨੂੰ ਭੇਜਦਿਆ ਕਰੋ। ਚਲਦੀ ਚਲਦੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ, ਲਾਈਕ ਕਰਦਿਆ ਕਰੋ, ਕਮੈਂਟ ਕਰਕੇ ਸੁਝਾਅ ਜ਼ਰੂਰ ਦਿਆ ਕਰੋ। ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ, ਇਸੇ ਤਰ੍ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਧੰਨਵਾਦ।